ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ। ਉਮੀਦ ਕਰਦਾ ਕਿ ਸਾਰੇ ਭਾਈ ਖੈਰੀ ਵਾਫੀਅਤ ਨਾਲ ਹੋਣਗੇ। ਅੱਜ ਤੁਹਾਡਾ ਭਾਈ ਅਕੀਲਾ ਮੈਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਇਆ ਥਰੈਸ਼ਰ। ਇਹ ਅਫਜ਼ਲ ਵਾਲਿਆਂ ਦੀ ਹੈ, ਤਕਰੀਬਨ ਬਹੁਤ ਪੁਰਾਣਾ ਮਾਡਲ ਲੱਗ ਰਿਹਾ, ਤਕਰੀਬਨ 2000 ਮਾਡਲ ਹੋਏਗਾ ਕਮ ਸੋ ਕਮ। ਅਤੇ ਮਾਸ਼ਾਅੱਲਾ ਸਰ੍ਹੋਂ ਤਾਂ ਲੱਗੀ ਹੋਈ, ਸਰ੍ਹੋਂ ਕੱਢ ਰਹੇ ਨੇ ਭਾਈ ਹੋਣੀ, ਅਤੇ ਕਹਿੰਦੇ ਨੇ ਅਸੀਂ ਸੇਲ ਕਰਨੀ, ਅਸੀਂ ਨਵੀਂ ਲਿਆਉਣੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਰੰਗ ਰੁੰਗ ਦੇ ਹਿਸਾਬ ਨਾਲ, ਕਹਿੰਦੇ ਪਹਿਲੇ ਰੰਗ ਹੀ ਪਏ ਨੇ ਇਹਦੇ। ਭਾਈ ਹੁਣਾਂ ਦਾ 1.5 ਕਮਰਾ ਬਾਅਦ ਜ਼ਮੀਨ ਦਾ, ਇਹ ਆਪਦੀ ਕੱਢਦੇ ਨੇ ਅਤੇ ਘਰ ਖੜੀ ਕਰ ਲੈਂਦੇ ਨੇ। ਇਹ 2004 ਮਾਡਲ ਹੈ ਭਾਈ ਜੀ, ਆਹ ਤਾਂ ਲਿਖਿਆ ਹੋਇਆ ਜੀ ਬਕਾਇਦਾ। ਬਾਕੀ ਇਹਦੀਆਂ ਛੁਰੀਆਂ ਛਾਰੀਆਂ ਦੇਖ ਲਓ, ਸਾਫ਼ ਸੁਥਰੀ ਹਾਲਤ ਦੇ ਵਿੱਚ ਨੇ। ਇਹ ਚੱਲੇਗੀ, ਤੁਹਾਨੂੰ ਉਹਦੀ ਵੀਡੀਓ ਵੀ ਦਿਖਾਵਾਂਗੇ ਇਨਸ਼ਾਅੱਲਾ ਤਾਲਾ, ਅੱਲਾ ਖੈਰ ਰੱਖੇ। ਉਸ ਤੋਂ ਬਾਅਦ ਇਹਦਾ ਪਰਨਾਲਾ ਸ਼ਰਨਾਲਾ ਵੇਖ ਲਓ, ਜਿੱਥੇ ਦਾਣੇ ਆਉਂਦੇ ਨੇ ਵਾਹਵਾ ਵੱਡਾ ਹੀ ਲਾਇਆ ਹੋਇਆ। ਬਾਕੀ ਵੇਟ ਸ਼ੇਟ ਦੇਖ ਸਕਦੇ ਹੋ। ਉਸ ਤੋਂ ਬਾਅਦ ਇਹਦਾ ਬਲੋਰ ਸ਼ਲੋਰ ਦੇਖ ਸਕਦੇ ਹੋ, ਸਾਫ਼ ਸੁਥਰੀ ਹਾਲ ਦੇ ਵਿੱਚ ਪਿਆ ਜਾਲੀ। ਨਹੀਂ ਭਾਈ ਜੀ, ਟਾਇਰ ਇਹਦੇ ਆਹ ਪਏ ਜੇ। ਉਸ ਤੋਂ ਬਾਅਦ ਜਾਲੀ ਜੂਲੀ ਦੇਖ ਸਕਦੇ ਹਾਂ, ਆਹ ਜਾਲੀ ਸ਼ਾਲੀ ਦੇਖ ਸਕਦੇ ਹੋ, ਸਾਫ਼ ਸੁਥਰੀ ਹਾਲਤ ਦੇ ਵਿੱਚ ਪਈ ਹੈ। ਦੂਸਰੀ ਸਾਈਡ ਤੋਂ ਦੇਖ ਲਓ, ਜ਼ੰਗ ਜ਼ੁੰਗ ਪਿਆ ਕਿਤੇ, ਬਾਹਰ ਬੂਹਰ ਖੜੀ ਰਹੀ। ਉਸ ਤੋਂ ਬਾਅਦ ਅਗਲੇ ਵੇਟ ਦੇਖ ਸਕਦੇ ਹੋ, ਸਾਫ਼ ਸੁਥਰੀ ਹਾਲਤ ਦੇ ਵਿੱਚ, ਮਾਸ਼ਾਅੱਲਾ ਸਾਫ਼ ਸੁਥਰੀ ਥਰੈਸ਼ਰ ਪਈ ਹੈ। ਆਹ ਦੇਖ ਸਕਦੇ ਹੋ ਟਰੈਕਟਰ ਵੀ ਨਾਲ ਖੜਾ ਹੈ, ਇਹ ਹੁਣ ਭਾਈ ਹੁਣੀ ਜੋੜਨਗੇ, ਉਦੋਂ ਵੀ ਤੁਹਾਨੂੰ ਵਿਖਾਵਾਂਗੇ। ਆਹ ਦੇਖ ਸਕਦੇ ਹੋ, ਜੇਕਰ ਆਪਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਇਹਦੀ ਤਾਂ ਬਹੁਤ ਮੰਗਣ ਦੇ ਨੇ, 5 ਲੱਖ ਰੁਪਈਆ ਮਾਲਕ ਇਹਦੀ ਡਿਮਾਂਡ ਕਰਨ ਦੇ ਨੇ। ਆਹ ਪੂਰੀ ਥਰੈਸ਼ਰ ਦੇਖ ਸਕਦੇ ਹੋ, ਸਾਫ਼ ਸੁਥਰੀ ਹੈ।